2018 ਦੇ ਵਿੱਚ ਮੈਂ ਇੱਕ ਆਸ਼ਰਮ ਦੇ ਵਿੱਚ ਗਿਆ ਸੀਗਾ। ਜਦੋਂ ਉੱਥੇ ਗਿਆ ਮੈਂ ਉੱਥੇ ਬਜ਼ੁਰਗਾਂ ਦੇ ਹਾਲਾਤ ਵੇਖ ਕੇ ਮੇਰਾ ਮਨ ਪਸੀਜਿਆ ਗਿਆ ਅਤੇ ਮੇਰੇ ਉਦੋਂ ਹੀ ਮਨ ਦੇ ਵਿੱਚ ਆ ਗਿਆ ਮੈਂ ਬੇਸਹਾਰਾ ਬਜ਼ੁਰਗਾਂ ਅਤੇ ਮੰਦਬੁੱਧੀ ਵਿਅਕਤੀ ਹੈ ਜੋ ਲਵਾਰਸ ਉਹਨਾਂ ਦੀ ਸਾਂਭ ਸੰਭਾਲ ਕਰਕੇ ਆਪਣਾ ਜੀਵਨ ਸਫਲ ਕਰਾਂ। ਪੈਂਤੀ ਦੇ ਕਰੀਬ ਜਿਹੜੇ ਲਵਾਰਸ ਜਿਹੜੇ ਰੋਡਾਂ ਦੇ ਉੱਪਰੋਂ ਸਾਨੂੰ ਮਿਲੇ ਨੇ। ਜਿਹੜੇ ਬਜ਼ੁਰਗਾਂ ਨੂੰ ਇੱਕ ਵਾਰੀ ਪਰਿਵਾਰ ਨੇ ਘਰੋਂ ਇਗਨੋਰ ਕਰਤਾ, ਉਹ ਬਿਲਕੁਲ ਵੀ ਉਹਨਾਂ ਦਾ ਕੋਈ ਬੱਚੇ ਜਾਂ ਕੋਈ ਉਹਨਾਂ ਦਾ ਇੱਥੇ ਉਹਨਾਂ ਨੂੰ ਕੋਈ ਨਹੀਂ ਮਿਲਣ ਵਾਸਤੇ ਆਉਂਦਾ। ਨਿਊਜ਼ 18 ਦੀ ਟੀਮ ਅੱਜ ਪਹੁੰਚੀ ਹੈ ਇੱਕ ਆਸ਼ਰਮ ਸੇਵਾ ਸੁਸਾਇਟੀ ਦੇ ਵਿੱਚ ਜਿੱਥੇ ਕਿ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਉਹ ਬਜ਼ੁਰਗ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲਵਾਰਿਸ ਛੱਡਿਆ ਹੋਇਆ, ਜਾਂ ਜਿਹੜੇ ਲੋਕ ਮੰਦਬੁੱਧੀ ਨੇ ਇਹਨਾਂ ਨੂੰ ਲਵਾਰਿਸ ਹਾਲਤ ਦੇ ਵਿੱਚ ਮਿਲਦੇ ਨੇ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਔਰ ਸਭ ਤੋਂ ਵੱਡੀ ਗੱਲ, ਇਹ ਆਸ਼ਰਮ ਚਲਾਉਣ ਵਾਲੇ ਕੋਈ ਹੋਰ ਨਹੀਂ, ਇੱਕ ਪੰਜਾਬ ਪੁਲਿਸ ਦੇ ਹਵਲਦਾਰ ਨੇ। ਪੰਜਾਬ ਪੁਲਿਸ ਦੇ ਹਵਲਦਾਰ ਉਹ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਆਸ਼ਰਮ ਚਲਾਉਂਦੇ ਨੇ। ਇਹ ਵੀ ਦੱਸਿਆ ਜਾ ਰਿਹਾ ਕਿ ਅੰਦਰ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਨੇ, ਨੌਜਵਾਨ ਨੇ। ਨੌਜਵਾਨ ਉਹ ਨੇ ਜਿਹੜੇ ਕਿ ਮੰਦਬੁੱਧੀ ਨੇ, ਕੁਛ ਦੱਸ ਨਹੀਂ ਸਕਦੇ, ਲਵਾਰਿਸ ਹਾਲਤ ਦੇ ਵਿੱਚ ਮਿਲੇ ਸੀ ਇਹਨਾਂ ਨੂੰ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਬਜ਼ੁਰਗ ਨੇ ਕੋਈ ਲਵਾਰਿਸ ਨੇ, ਜਾਂ ਕਈ ਪਰਿਵਾਰ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਬਜ਼ੁਰਗਾਂ ਨੂੰ ਪਾਲ ਨਹੀਂ ਪਾਉਂਦੇ, ਉਹ ਇੱਥੇ ਆਸ਼ਰਮ ਦੇ ਵਿੱਚ ਛੱਡ ਜਾਂਦੇ ਨੇ। ਇਹ ਉਹ ਆਸ਼ਰਮ ਦੀਆਂ ਤਸਵੀਰਾਂ, ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਦਾ ਘਰ ਲਿਖਿਆ ਹੋਇਆ ਉੱਤੇ, ਗੁਰੂ ਨਾਨਕ ਦਾ ਘਰ ਇੱਕ ਆਸ਼ਰਮ ਸੇਵਾ ਸੁਸਾਇਟੀ ਹੈ ਇਹ। ਅੰਦਰ ਇਸ ਆਸ਼ਰਮ ਦੇ ਵਿੱਚ ਬਜ਼ੁਰਗ ਨੇ, ਨੌਜਵਾਨ ਨੇ, ਜਿਹੜੇ ਕਿ ਬੇਸਹਾਰਾ ਨੇ, ਉਹਨਾਂ ਦੀ ਕੋਈ ਸੇਵਾ ਕਰਨ ਵਾਲਾ ਨਹੀਂ, ਲੇਕਿਨ ਇੱਥੇ ਇਹ ਪੰਜਾਬ ਪੁਲਿਸ ਦੇ ਹਵਲਦਾਰ ਜਸਵੀਰ ਸਿੰਘ ਨੇ ਜਿਹੜੇ ਇਹਨਾਂ ਦੀ ਸੇਵਾ ਕਰਦੇ ਨੇ। ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਕਿਉਂਕਿ ਮਾਂ ਉਹ ਹੁੰਦੀ ਹੈ ਜਿਹੜੀ ਆਪਦੇ ਬੱਚੇ ਨੂੰ ਸਾਂਭ ਸਕੇ, ਔਰ ਬੱਚੇ ਉਹ ਹੁੰਦੇ ਆ ਜਦੋਂ ਉਹਨਾਂ ਦੇ ਮਾਂ ਬਾਪ ਬਜ਼ੁਰਗ ਹੋ ਜਾਣ ਤਾਂ ਬਜ਼ੁਰਗਾਂ ਨੂੰ ਸਾਂਭ ਸਕੇ। ਲੇਕਿਨ ਇੱਥੇ ਕਈ ਬਜ਼ੁਰਗ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਨੇ ਸਾਂਭਿਆ ਨਹੀਂ, ਲੇਕਿਨ ਪੰਜਾਬ ਪੁਲਿਸ ਦੇ ਇਹ ਕਰਮਚਾਰੀ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਬਜ਼ੁਰਗ ਨੇ ਜਿਹੜੇ ਵੀਲਚੇਅਰ 'ਤੇ ਬੈਠੇ ਹੋਏ ਨੇ, ਉਹਨਾਂ ਦੇ ਪੈਰਾਂ 'ਤੇ ਵੀ ਪੱਟੀਆਂ ਕੀਤੀਆਂ ਹੋਈਆਂ ਨੇ, ਹਾਲਾਤ ਵੀ ਅੱਗੇ ਨਾਲੋਂ ਸੁਧਰੇ ਲੱਗਦੇ ਨੇ। ਇਹਨਾਂ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਜਸਵੀਰ ਜੀ ਨਾਲ ਗੱਲ ਕਰਦੇ ਨੇ, ਪੰਜਾਬ ਪੁਲਿਸ ਦੇ ਹਵਲਦਾਰ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਹੈ। ਜਸਵੀਰ ਜੀ, ਕਿਵੇਂ ਮਨ ਦੇ ਵਿੱਚ ਆਇਆ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਹੈ, ਔਰ ਆਸ਼ਰਮ ਕਦੋਂ ਬਣਿਆ, ਔਰ ਕਿੰਨੇ ਲੋਕ ਜਿਹੜੇ ਨੇ ਇੱਥੇ ਆਸ਼ਰਮ ਦੇ ਵਿੱਚ ਰਹੇ ਜਿਨ੍ਹਾਂ ਦੀ ਤੁਸੀਂ ਸੇਵਾ ਕਰ? ਹਾਂਜੀ, ਆਪਣਾ 2018 ਦੇ ਵਿੱਚ ਮੈਂ ਇੱਕ ਆਸ਼ਰਮ ਦੇ ਵਿੱਚ ਗਿਆ ਸੀਗਾ। ਜਦੋਂ ਉੱਥੇ ਗਿਆ ਮੈਂ ਉੱਥੇ ਬਜ਼ੁਰਗਾਂ ਦੇ ਹਾਲਾਤ ਵੇਖ ਕੇ ਮੇਰਾ ਮਨ ਪਸੀਜਿਆ ਗਿਆ ਅਤੇ ਮੇਰੇ ਉਦੋਂ ਹੀ ਮਨ ਦੇ ਵਿੱਚ ਆ ਗਿਆ ਮੈਂ ਬੇਸਹਾਰਾ ਬਜ਼ੁਰਗਾਂ ਅਤੇ ਮੰਦਬੁੱਧੀ ਵਿਅਕਤੀ ਹੈ ਜੋ ਲਵਾਰਸ ਉਹਨਾਂ ਦੀ ਸਾਂਭ ਸੰਭਾਲ ਕਰਕੇ ਆਪਣਾ ਜੀਵਨ ਸਫਲ ਕਰਾਂ। ਕਿੰਨੀ ਦੇਰ ਤੋਂ ਤੁਸੀਂ ਇਹ ਆਸ਼ਰਮ ਕਦੋਂ ਬਣਾਇਆ? ਇਹ ਮੈਂ ਵੈਸੇ ਤਾਂ 2018 ਤੋਂ ਸੇਵਾ ਕਰ ਰਿਹਾ ਹੈਗਾ। ਜਿਹੜੇ ਆ ਨਵੇਂ ਆਸ਼ਰਮ ਦੀ ਬਿਲਡਿੰਗ ਬਣਾਈ ਆ, ਇਹ ਅਸੀਂ 2022 ਦੇ ਵਿੱਚ ਇੱਥੇ ਆਸ਼ਰਮ ਦੀ ਬਿਲਡਿੰਗ ਕੰਪਲੀਟ ਕਰਕੇ ਇੱਥੇ ਬਜ਼ੁਰਗਾਂ ਨੂੰ ਉੱਥੋਂ ਸ਼ਿਫਟ ਇੱਥੇ ਕੀਤਾ। ਕਿੰਨੇ ਕੁ ਬਜ਼ੁਰਗ ਨੇ ਇੱਥੇ ਆਸ਼ਰਮ ਦੇ ਵਿੱਚ, ਔਰ ਨੌਜਵਾਨ ਵੀ ਕਿੰਨੇ ਕੁ ਨੇ, ਕੀ ਹਾਲਾਤ ਕੀ ਹੈ, ਔਰ ਮਿਲੇ ਕਿੱਥੋਂ ਆਏ? ਇਹ ਸਾਨੂੰ ਸਾਡੇ ਕੋਲ ਜੀ 35 ਦੇ ਕਰੀਬ ਜਿਹੜੇ ਲਵਾਰਸ ਜਿਹੜੇ ਰੋਡਾਂ ਦੇ ਉੱਪਰੋਂ ਸਾਨੂੰ ਮਿਲੇ ਨੇ, ਅਤੇ ਇਸ ਤੋਂ ਇਲਾਵਾ ਸਾਡੇ ਕੋਲ ਬੇਸਹਾਰਾ ਬਜ਼ੁਰਗ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਕਰਨ ਵਾਲਾ ਹੈ ਨਹੀਂ ਗਾ, ਜਾਂ ਕਈ ਹਰੇ ਇੱਦਾਂ ਦੇ ਹੈਗੇ ਆ ਕਿ ਜਿਹੜੇ ਬੱਚੇ ਆਪਦੇ ਮਾਂ ਪਿਓ ਦੀ ਸਾਂਭ ਸੰਭਾਲ ਨਹੀਂ ਕਰਦੇ, ਉਹ ਕੁੱਟਮਾਰ ਕਰਕੇ ਘਰੋਂ ਕੱਢ ਦਿੰਦੇ ਹੈਗੇ, ਉਹ ਉਹਨਾਂ ਬਜ਼ੁਰਗਾਂ ਦੀ ਅਸੀਂ ਸਾਂਭ ਸੰਭਾਲ ਕਰਦੇ ਹਾਂ। ਕਿੰਨੀ ਦੇਰ ਤੋਂ ਬਜ਼ੁਰਗ ਆ? ਕਈ ਬਜ਼ੁਰਗ ਇਸ ਤਰ੍ਹਾਂ ਦੇ ਵੀ ਹੁੰਦੇ ਆ ਕਿ ਕਈ ਵਾਰ ਘਰੋਂ ਚਲੇ ਜਾਂਦੇ ਆ, ਪਰਿਵਾਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਮਿਲਦੇ ਵੀ ਨੇ, ਕਈ ਵਾਰ ਮੇਲ ਵੀ ਹੁੰਦਾ ਉਹਨਾਂ ਦਾ, ਜਾਂ ਇੱਥੇ ਲੰਬੇ ਸਮੇਂ ਤੋਂ ਰਹਿੰਦੇ ਆ ਅਤੇ ਪਰਿਵਾਰ ਮਿਲ ਜਾਵੇ? ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹੈਗਾ ਗਾ। ਜਿਹੜੇ ਬਜ਼ੁਰਗਾਂ ਨੂੰ ਇੱਕ ਵਾਰੀ ਪਰਿਵਾਰ ਨੇ ਘਰੋਂ ਇਗਨੋਰ ਕਰਤਾ, ਉਹ ਬਿਲਕੁਲ ਵੀ ਉਹਨਾਂ ਦਾ ਕੋਈ ਬੱਚੇ ਜਾਂ ਕੋਈ ਉਹਨਾਂ ਦਾ ਇੱਥੇ ਉਹਨਾਂ ਨੂੰ ਕੋਈ ਨਹੀਂ ਮਿਲਣ ਵਾਸਤੇ ਆਉਂਦਾ।
ਤੁਸੀਂ ਮਿਲਾਇਆ ਵੀ ਹੈ ਕਈ ਪਰਿਵਾਰ ਨੂੰ? ਅਗਰ ਕੋਈ ਲਵਾਰੀ ਸਿੱਟੇ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਕਈ ਵਾਰ ਘਰੋਂ ਚਲੇ ਜਾਂਦੇ ਆ ਬਜ਼ੁਰਗ? ਹਾਂਜੀ, ਸਾਡੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ ਇਸ ਤਰ੍ਹਾਂ ਦੇ ਇੱਕ, ਜੇਕਰ ਇਹਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸਾਡੇ ਕੋਲ ਪਿਛਲੇ ਇੱਕ ਬਜ਼ੁਰਗ ਸੀਗਾ 15 ਸਾਲ ਤੋਂ ਆਪਣੇ ਪਰਿਵਾਰ ਦੇ ਵਿੱਚੋਂ ਗੁੰਮ ਹੋ ਚੁੱਕਿਆ ਸੀਗਾ। 15 ਸਾਲਾਂ ਬਾਅਦ ਅਸੀਂ ਉਹਨੂੰ ਪਰਿਵਾਰ ਦੇ ਹਵਾਲੇ ਕੀਤਾ। ਹੋਰ ਵੀ ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਨੇ। ਇੱਕ ਸਾਡੇ ਕੋਲ 35-40 ਸਾਲ ਦੀ ਲੜਕੀ ਸੀਗੀ, ਵੈੱਲ ਐਜੂਕੇਟਡ BA BEd ਸਾਨੂੰ ਲਵਾਰ ਸਾਲਤ ਦੇ ਵਿੱਚ ਮਿਲੀ ਸੀਗੀ। ਉਸ ਤੋਂ ਉਸ ਸਮੇਂ ਉਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ। ਉਹਦਾ ਇੱਥੇ ਮੈਂਟਲੀ ਤੌਰ 'ਤੇ ਜਿਹੜਾ ਟ੍ਰੀਟਮੈਂਟ ਕਰਵਾਇਆ ਗਿਆ, ਦਵਾਈਆਂ ਚਲਾਈਆਂ ਗਈਆਂ, ਉਸ ਤੋਂ ਬਾਅਦ ਦੇ ਵਿੱਚ ਆਪਣਾ ਉਹਨੇ ਘਰ ਬਾਰ ਦੱਸਿਆ। ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਉਹਨੂੰ ਕਾਂਗੜੇ ਦੇ ਰਹਿਣ ਵਾਲੀ ਸੀ ਉਹ ਲੜਕੀ ਉਹਨੂੰ ਪਰਿਵਾਰ ਦੇ ਹਵਾਲੇ ਕੀਤਾ। ਇਸ ਤਰ੍ਹਾਂ ਹੀ ਇੱਕ ਬਜ਼ੁਰਗ ਸੀ ਜੋ ਜੰਮੂ ਤੋਂ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ, ਉਹ ਕਾਫੀ ਸਮੇਂ ਤੋਂ ਘਰੋਂ ਲਵਾਰ ਹਾਲਤ ਦੇ ਵਿੱਚ ਆ ਗਿਆ ਸੀਗਾ, ਅਤੇ ਉਸ ਬਜ਼ੁਰਗ ਨੂੰ ਵੀ ਅਸੀਂ ਉਹਨੂੰ ਉਹਦੇ ਪਰਿਵਾਰ ਦੇ ਹਵਾਲੇ ਕੀਤਾ। ਬਹੁਤ ਹੈਗੇ ਇਸ ਤਰ੍ਹਾਂ ਦੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਗੁੰਮ ਸੀਗੇ, ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਰਾਹੀਂ ਗੁੰਮ ਸੀਗੇ ਜੀ ਉਹਨਾਂ ਨੂੰ ਹਵਾਲੇ ਕੀਤਾ। ਇੱਕ ਸਾਨੂੰ ਬਜ਼ੁਰਗ ਪਰਸੋਂ ਹੀ ਸਾਨੂੰ ਸਾਡੇ ਕੋਲ ਪਿਛਲੇ  3 ਸਾਲ ਤੋਂ ਰਹਿ ਰਿਹਾ, ਉਹਨਾਂ ਦੇ ਪਰਿਵਾਰ ਨਾਲ ਸਾਡਾ ਸੰਪਰਕ ਹੋ ਗਿਆ ਗਾ। ਉਹ ਪਿਛਲੇ 15-16 ਸਾਲ ਤੋਂ ਆਪਣੇ ਪਰਿਵਾਰ ਦੇ ਵਿੱਚੋਂ ਗੁੰਮ ਹੋਇਆ ਗਾ। ਇਹ ਜਦੋਂ ਮਿਲਦੇ ਆ ਹਾਲਾਤ ਕੀ ਹੁੰਦੇ ਨੇ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕੋਈ ਬੇਸਹਾਰਾ ਰੋਡ 'ਤੇ ਜਾਂ ਸੜਕ 'ਤੇ ਬਾਜ਼ਾਰਾਂ ਦੇ ਵਿੱਚ ਕਈ ਲੋਕ ਘੁੰਮਦੇ ਹੁੰਦੇ ਆ, ਉਹਨਾਂ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ, ਉਹਨਾਂ ਹਾਲਾਤਾਂ ਦੇ ਵਿੱਚ ਲੈ ਕੇ ਆਉਂਦੇ ਹੋ, ਹਾਲਾਤ ਕੀ ਹੁੰਦੇ ਨੇ? ਹਾਲਾਤ ਦਾ ਜੀ ਮੈਂ ਤੁਹਾਨੂੰ ਨਾਂ ਦੱਸਣਯੋਗ ਹਾਲਾਤ ਉਹਨਾਂ ਦੇ ਬਣ ਜਾਂਦੇ ਆ ਜੀ। ਉਸ ਸਮੇਂ ਕਈ ਵਾਰ ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਸਾਨੂੰ ਪੇਸ਼ੈਂਟ ਮਿਲਦੇ ਹੈਗੇ, ਉਹ ਕੂੜੇ ਦੇ ਢੇਰਾਂ ਤੋਂ ਚੱਕ ਚੱਕ ਕੇ ਗੰਦ ਪਿੱਲ ਖਾਈ ਜਾਂਦੇ ਹੈਗੇ, ਜਾਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਇਸ਼ਨਾਨ ਵੀ ਨਹੀਂ ਕੀਤਾ ਹੁੰਦਾ, ਉਹਨਾਂ ਦੀਆਂ ਜਟਾਂ ਬਣ ਜਾਂਦੀਆਂ ਬਹੁਤ ਵੱਡੀਆਂ ਵੱਡੀਆਂ, ਉਹਨਾਂ ਦੇ ਬਹੁਤ ਜ਼ਿਆਦਾ ਕੱਪੜੇ ਪਾਏ ਹੁੰਦੇ ਆ ਗਰਮੀ ਦੇ ਵਿੱਚ ਵੀ। ਉਹਨਾਂ ਦਾ ਅਸੀਂ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ। ਸਾਡੇ ਨਾਲ ਡਾਕਟਰ ਸਨੇਹ ਸਿੰਗਲ ਜੋ ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ, ਉੱਥੋਂ ਦੇ ਪ੍ਰੋਫੈਸਰ ਨੇ, ਉਹਨਾਂ ਦੀ ਰਾਏ ਲੈ ਕੇ ਅਸੀਂ ਇਹਨਾਂ ਦਾ ਟ੍ਰੀਟਮੈਂਟ ਚਲਾਉਂਦੇ ਹਾਂ, ਅਤੇ ਉਹ ਬਾਅਦ ਦੇ ਵਿੱਚ ਨੋਰਮਲ ਹੋ ਜਾਂਦੇ ਹੈਗੇ। ਇਹ ਬਜ਼ੁਰਗ ਵੀਲਚੇਅਰ 'ਤੇ ਬੈਠੇ ਨੇ, ਇਹਨਾਂ ਬਾਰੇ ਵੀ ਜਾਣਕਾਰੀ? ਹਾਂਜੀ, ਇਹ ਬਜ਼ੁਰਗ ਸਾਨੂੰ ਅੱਜ ਹੀ ਲਵਾਰ ਸਾਲਤ ਦੇ ਵਿੱਚ ਡਗਰੂ ਕੋਲੋਂ ਮਿਲੇ ਨੇ। ਉਸ ਸਮੇਂ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ, ਜਿਹੜੇ ਇਹਨਾਂ ਦੇ ਦੋਨੇ ਪੈਰ ਆ ਗਏ, ਦੋਨੇ ਪੈਰਾਂ ਦੇ ਅੰਗੂਠਿਆਂ ਦੇ ਵਿਚਕਾਰ ਕੀੜੇ ਪਏ ਹੋਏ ਬਹੁਤ ਜ਼ਿਆਦਾ। ਹੁਣ ਅਸੀਂ ਇਹਨਾਂ ਦਾ ਜਿਹੜਾ ਇਸ਼ਨਾਨ ਵਗੈਰਾ ਕਰਵਾ ਕੇ ਅਤੇ ਇਹਨਾਂ ਦੇ ਪੱਟੀ ਕੀਤੀ ਹੈਗੀ, ਅਤੇ ਅੱਗੇ ਨਾਲੋਂ ਕਾਫੀ ਠੀਕ ਲੱਗਦੇ ਹੈਗੇ, ਅਤੇ ਹੌਲੀ ਹੌਲੀ ਨੋਰਮਲ ਹੋ ਜਾਣਗੇ ਜਦੋਂ ਇਹਨਾਂ ਦਾ ਅਸੀਂ ਟ੍ਰੀਟਮੈਂਟ ਚਲਾਵਾਂਗੇ, ਅਤੇ ਹੋ ਸਕਦਾ ਆਪਣਾ ਘਰ ਬਾਰ ਪਰਿਵਾਰ ਆਪ ਬਾਰੇ ਦੱਸ ਦਿਓ। ਜਸਵੀਰ ਜੀ, ਅੰਦਰ ਵੀ ਚੱਲਦੇ ਆ ਆਸ਼ਰਮ ਦੇ, ਕਿ ਕਿੰਨੇ ਜਿਹੜੇ ਬਜ਼ੁਰਗ ਨੇ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ, ਔਰ ਅੰਦਰ ਇਹਨਾਂ ਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ, ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਖਾਣ ਪੀਣ ਕਿਸ ਤਰ੍ਹਾਂ ਦਿੱਤਾ ਜਾਂਦਾ, ਜਾਂ ਇਹਨਾਂ ਦੇ ਮਨੋਰੰਜਨ ਲਈ ਕੀ ਸੁਵਿਧਾਵਾਂ ਅੰਦਰ ਰੱਖੀਆਂ ਗਈਆਂ? ਇਹ ਬੈੱਡ ਅੰਦਰ ਸਾਰੇ ਲੱਗੇ ਹੋਏ ਆ? ਹਾਂਜੀ, ਆਹ ਤੁਹਾਡੇ ਸਾਹਮਣੇ ਆ ਜੀ, ਇਹ 100 ਬੈੱਡ ਦਾ ਹਾਲ ਬਣਿਆ ਹੋਇਆ ਹੈਗਾ, ਅਤੇ ਇੱਥੇ ਤੁਹਾਡੇ ਸਾਹਮਣੇ ਬੈੱਡ ਬਹੁਤ ਸੁੰਦਰ ਬੈੱਡ ਲੱਗੇ ਹੋਏ ਇਹਨਾਂ ਦੇ, LCD ਇੱਥੇ ਗੁਰਬਾਣੀ 24 ਘੰਟੇ ਚੱਲਦੀ ਹੈਗੀ, ਅਤੇ ਜਦੋਂ ਵੀ ਇਹਨਾਂ ਨੇ ਰੈਸਟ ਕਰਨੀ ਹੁੰਦੀ ਉਦੋਂ ਗੁਰਬਾਣੀ ਬੰਦ ਕੀਤੀ ਜਾਂਦੀ ਆ, ਰੈਸਟ ਕਰਕੇ ਫਿਰ ਗੁਰਬਾਣੀ ਹਰ ਵਕਤ ਚੱਲਦੀ ਰਹਿੰਦੀ ਹੈਗੀ। ਅਤੇ ਜਿਹੜਾ ਇਹਨਾਂ ਦਾ ਖਾਣਾ ਵਗੈਰਾ ਹੈਗਾ, ਸੁਬਹਾ ਪਹਿਲੀ ਚਾਹ ਇਹਨਾਂ ਨੂੰ 6 ਵਜੇ ਮਿਲਦੀ ਆ, ਚਾਹ ਦੇ ਨਾਲ ਸਵੇਰੇ ਬਿਸਕੁਟ ਜਾਂ ਰਸ ਦਿੱਤੇ ਜਾਂਦੇ ਹੈਗੇ। ਉਸ ਤੋਂ ਬਾਅਦ ਦੇ ਵਿੱਚ 10:30 ਦੇ ਕਰੀਬ ਇਹਨਾਂ ਨੂੰ ਬ੍ਰੇਕਫਾਸਟ ਦਿੱਤਾ ਜਾਂਦਾ ਗਾ, ਦੁਪਹਿਰੇ ਖਿਚੜੀ ਜਾਂ ਚੌਲ, ਅਤੇ ਸ਼ਾਮ ਨੂੰ ਫਿਰ ਇਹਨਾਂ ਦਾ ਜਿਹੜਾ ਹੈਗਾ ਖਾਣਾ ਇਹਨਾਂ ਨੂੰ ਦਿੱਤਾ ਜਾਂਦਾ। ਜਸਵੀਰ ਜੀ, ਪੰਜਾਬ ਪੁਲਿਸ 'ਚ ਤੁਸੀਂ ਨੌਕਰੀ ਕਰਦੇ ਹੋ, ਸਮਾਂ ਕੱਢ ਪਾਉਂਦੇ ਹੋ ਬਜ਼ੁਰਗਾਂ ਲਈ ਇਹਨਾਂ ਬਾਰੇ, ਕਿੰਨੀ ਵਾਰ ਗੇੜਾ ਲਾਉਂਦੇ ਹੋ ਜਾਂ ਕਿਵੇਂ ਧਿਆਨ ਰੱਖਦੇ? ਇੱਥੇ ਜੀ ਮੈਂ ਸਾਡੇ ਮਾਣਯੋਗ
SSP ਸਾਹਿਬ ਸ਼੍ਰੀ ਅਨਕਰ ਗੁਪਤਾ IPS SSP ਸਾਹਿਬ ਮੋਗਾ ਜੀ ਦਾ ਅਤੇ ਸਾਡੇ ਸੀਨੀਅਰ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗਾ। ਮੈਨੂੰ ਜਿਹੜੇ ਉਹ ਹਮੇਸ਼ਾ ਹੀ ਸਪੋਰਟ ਕਰਦੇ ਨੇ, ਮੈਨੂੰ ਆਪਣਾ ਸਹਿਯੋਗ ਦਿੰਦੇ ਨੇ ਅਤੇ ਮੈਂ ਆਪਣੀ ਡਿਊਟੀ ਦੇ ਨਾਲ ਨਾਲ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਅਤੇ ਸ਼ਾਮ ਨੂੰ ਡਿਊਟੀ ਖਤਮ ਕਰਨ ਤੋਂ ਬਾਅਦ ਦੇ ਵਿੱਚ ਇੱਥੇ ਆ ਕੇ ਇਹਨਾਂ ਦੀ ਹਰ ਇੱਕ ਦਵਾਈ ਬਾਰੇ ਜਾਂ ਕੋਈ ਖਾਣ ਪੀਣ ਚੀਜ਼ਾਂ ਬਾਰੇ ਹਰ ਇੱਕ ਚੀਜ਼ ਦੀ ਜਿਹੜੀ ਮੈਂ ਇਕੱਲੀ ਇਕੱਲੀ ਨਿਗਰਾਨੀ ਖੁਦ ਰੱਖਦਾ ਗਾ। ਕੋਈ ਟੀਮ ਵੀ ਹੈ ਤੁਹਾਡੇ ਨਾਲ, ਹੋਰ ਕੋਈ ਟੀਮਵਰਕ? ਹਾਂ, ਮੇਰੇ ਨਾਲ 6 ਜਵਾਨ ਹੋਰ ਜੁੜੇ ਹੋਏ ਹੈਗੇ ਜਿਹੜੇ ਮੈਨੂੰ ਨਾਲ ਸਾਥ ਦਿੰਦੇ ਨੇ, ਮੇਰੀ ਟੀਮ ਦੇ ਵਿੱਚ ਨੇ। ਇਹ ਸਹਿਯੋਗ ਕਿੱਥੋਂ ਮਿਲਦਾ, ਕੋਈ ਦਾਨੀ ਸੱਜਣ ਹੈ ਜਾਂ ਕਿਸ ਤਰ੍ਹਾਂ ਸਹਿਯੋਗ ਮਿਲਦਾ ਕਿ ਇਹ ਸੈਟਅਪ ਤੁਸੀਂ ਸਾਰਾ ਚਲਾਉਂਦੇ ਹੋ ਵਿਰਧ ਆਸ਼ਰਮ? ਹਾਂਜੀ, ਸਾਡੀ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਸਾਡੀ ਸੰਸਥਾ ਦਾ ਕੋਈ ਖਾਤਾ ਨਹੀਂ ਹੈਗਾ ਅਤੇ ਨਾ ਹੀ ਅਸੀਂ ਕਿਸੇ ਤੋਂ ਕੈਸ਼ ਲੈਂਦੇ ਹਾਂਗੇ। ਇਹ ਜਿੰਨੀ ਵੀ ਬਿਲਡਿੰਗ ਬਣੀ ਹੈ ਰੱਬ ਰੂਪੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਿਲੀ ਆ, NRI ਵੀਰਾਂ ਦੇ ਸਹਿਯੋਗ ਨਾਲ ਬਣੀ ਆ। ਸਭ ਤੋਂ ਵੱਡਾ ਸਹਿਯੋਗ ਸਾਨੂੰ ਇੱਥੇ ਰਿਹਾ ਹੈਗਾ ਹਾਂਗਕਾਂਗ ਤੋਂ, ਬਾਕੀ ਸਾਰੀਆਂ ਫੋਰਨ ਕੰਟਰੀਆਂ ਤੋਂ ਸਹਿਯੋਗ ਚੱਲਦਾ ਰਹਿੰਦਾ ਹੈਗਾ। ਅਤੇ ਇੱਥੇ ਜਿਹੜਾ ਹੈਗਾ ਸਾਨੂੰ ਸਾਡੀ ਕੋਈ ਵੀ ਰਿਕੁਆਇਰਮੈਂਟ ਹੁੰਦੀ ਆ ਉਹ ਸੋਸ਼ਲ ਮੀਡੀਆ ਰਾਹੀਂ, ਫੇਸਬੁੱਕ ਦੇ ਰਾਹੀਂ ਅਤੇ ਸਾਡੇ ਵਟਸਐਪ ਗਰੁੱਪ ਬਣੇ ਹੋਏ ਆ ਜਿਹੜੇ ਸਾਡੇ ਨਾਲ ਦਾਨੀ ਸੱਜਣ ਜੁੜੇ ਹੋਏ ਆ। ਜੋ ਵੀ ਸਾਡੀ ਰਿਕੁਆਇਰਮੈਂਟ ਹੁੰਦੀ ਜਾਂ ਦਵਾਈਆਂ ਦੀ ਲਾ ਲਓ, ਕੱਪੜੇ ਲੀੜੇ ਦੀ ਲਾ ਲਓ, ਜਾਂ ਸਾਨੂੰ ਰਾਸ਼ਨ ਦੀ ਲੋੜ ਹੈਗੀ ਆ, ਉਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸਾਰਾ ਇਹ ਸਾਰੇ ਕਾਰਜ ਚੱਲ ਰਹੇ ਨੇ। ਜਸਵੀਰ ਜੀ, ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ, ਕਿਉਂਕਿ ਮਾਂ ਬਾਪ ਤਾਂ ਉਹੀ ਹੁੰਦੇ ਆ ਜਿਹੜੇ ਆਪਦੇ ਬੱਚੇ ਨੂੰ ਸਾਂਭ ਸਕਣ, ਔਰ ਬੱਚੇ ਉਹ ਹੁੰਦੇ ਆ ਜਦੋਂ ਬਜ਼ੁਰਗ ਮਾਂ ਬਾਪ ਹੋ ਜਾਂਦੇ ਆ ਤਾਂ ਬੱਚੇ ਉਹਨਾਂ ਨੂੰ ਸਾਂਭ ਸਕਣ, ਲੇਕਿਨ ਇੱਥੇ ਕਈ ਬਜ਼ੁਰਗ ਇਸ ਤਰ੍ਹਾਂ ਦੇ ਆ ਜਿਹੜੇ ਕਿ ਆਪਦੇ ਬਜ਼ੁਰਗਾਂ ਨੂੰ ਸਾਂਭਦੇ ਨਹੀਂ, ਜਾਂ ਬੱਚੇ ਵੀ ਇਸ ਤਰ੍ਹਾਂ ਦੇ ਜਿਹੜੇ ਮੰਦਬੁੱਧੀ ਹੈ ਲੋਕ ਛੱਡ ਦਿੰਦੇ ਉਹਨਾਂ ਨੂੰ। ਹਾਂਜੀ, ਇੱਥੇ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੈਂ ਬੇਨਤੀ ਕਰਾਂਗਾ, ਜਿੰਨਾ ਮਰਜ਼ੀ ਅਸੀਂ ਕਿਸੇ ਵੀ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਜਾ ਕੇ ਮੱਥਾ ਟੇਕ ਲਈਏ, ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਂ ਪਿਓ ਨੂੰ ਸਾਂਭ ਸੰਭਾਲ ਨਹੀਂ ਨਾ ਕਰ ਸਕਦੇ ਗੇ, ਸਾਨੂੰ ਉੱਥੇ ਜਾਣ ਦਾ ਕੋਈ ਹੱਕ ਵੀ ਹੈ ਨਹੀਂ ਗਾ ਅਤੇ ਨਾ ਹੀ ਸਾਨੂੰ ਉੱਥੋਂ ਕੋਈ ਫਲ ਮਿਲਣਾ ਗਾ। ਜੇਕਰ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਸੰਭਾਲ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਜਾਵਾਂਗੇ, ਮੰਦਰ ਜਾਵਾਂਗੇ, ਮਸਜਿਦ ਜਾਵਾਂਗੇ ਅਤੇ ਸਾਨੂੰ ਉੱਥੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਹ ਇੱਕ ਬਹੁਤ ਵੱਡੀ ਤ੍ਰਾਸਦੀ ਆ, ਸਾਡੇ ਜਨਮਦਾਤਾ ਨੂੰ ਅਸੀਂ ਜੇ ਸਾਂਭ ਸੰਭਾਲ ਨਹੀਂ ਨਾ ਕਰ ਸਕਦੇ ਅਤੇ ਆਉਣ ਵਾਲਾ ਸਮਾਂ ਵੀ ਸਾਡੇ ਨਾਲ ਹੈਗਾ ਉਦੋਂ ਭਿਆਨਕ ਹੋਵੇਗਾ। ਜਿਹੜੇ ਇਸ ਬਿਰਧ ਆਸ਼ਰਮ ਲਈ ਸਹਿਯੋਗ ਕਰਦੇ ਆ ਉਹ ਲੋਕ ਨੇ ਜਿਨ੍ਹਾਂ ਦੇ ਕਿਤੇ ਨਾ ਕਿਤੇ ਮਾਂ ਬਾਪ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਲੇਕਿਨ ਇੱਕ ਮਾਂ ਬਾਪ ਨੂੰ ਆਸਰਾ ਦੇਣ ਲਈ ਇੱਥੇ ਸੇਵਾ ਕਰਦੇ? ਹਾਂਜੀ, ਸਾਰੇ ਹੀ ਸਾਡੇ ਕੋਲ ਹੈਗੇ ਆ, ਜਿਨ੍ਹਾਂ ਦੇ ਕਈ ਵਾਰੀ ਤਾਂ ਇਸ ਤਰ੍ਹਾਂ ਹੈਗੇ ਇੱਦਾਂ ਦੇ ਵੀ ਸਾਡੇ ਕੋਲ ਹੈਗੇ ਆਗੇ ਜਿਨ੍ਹਾਂ ਦੇ ਮਾਂ ਪਿਓ ਹੈ ਨਹੀਂ ਗੇ, ਉਹ ਇਹਨਾਂ ਨੂੰ ਆਪਣਾ ਮਾਂ ਪਿਓ ਸਮਝ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਸਮੇਂ ਸਮੇਂ 'ਤੇ ਸਾਨੂੰ ਸਪੋਰਟ ਕਰਦੇ ਨੇ। ਕੀ ਅਪੀਲ ਕੀ ਕਰੋਗੇ ਲੋਕ? ਮੈਂ ਤਾਂ ਬਸ ਇਹੀ ਅਪੀਲ ਕਰਾਂਗਾ, ਜਿਹੜੇ ਸਾਡੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਬਣ ਚੁੱਕੇ ਨੇ, ਇਹ ਇੱਕ ਤ੍ਰਾਸਦੀ ਆ, ਮੈਂ ਇਹਨਾਂ ਨੂੰ ਬਿਲਕੁਲ ਨਹੀਂ ਪਸੰਦ ਕਰਦਾ ਗਾ। ਆਸ਼ਰਮ ਬਿਲਕੁਲ ਨਹੀਂ ਹੋਣੇ ਚਾਹੀਦੇ, ਸਾਨੂੰ ਆਪਣੇ ਜਿਹੜੇ ਖੂਨ ਦੇ ਰਸਤੇ ਆ ਉਹਨਾਂ ਦੇ ਰਾਹੀਂ ਹੀ ਆਪਣੇ ਭਤੀਜਿਆਂ ਨੂੰ, ਆਪਣੇ ਭੈਣਾਂ ਭਾਈਆਂ ਨੂੰ, ਆਪਣੇ ਜਿਹੜੇ ਭੂਆ ਮਾਮੇ ਫੁੱਫੜ ਹੁੰਦੇ ਆਗੇ ਉਹਨਾਂ ਨੂੰ ਜੇਕਰ ਕੋਈ ਕਿਸੇ ਦਾ ਸਹਾਰਾ ਹੈ ਨਹੀਂ ਗਾ ਅਤੇ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈਗਾ ਅਤੇ ਆਸ਼ਰਮ ਦੇ ਵਿੱਚ ਕਿਸੇ ਨੂੰ ਵੀ ਨਹੀਂ ਛੱਡਣਾ ਚਾਹੀਦਾ।